Guys, वेलकम बैक अगेन गाइस मैं तरुण राजपूत ਤੁਹਾਡਾ ਵੈਲਕਮ ਕਰਦਾ ਤੁਹਾਡੇ ਆਪ ਦੇ ਆਪਣੇ ਚੈਨਲ ਵਿੱਚ ਸੋ ਦੋਸਤੋ ਅੱਜ ਹੈ ਜੀ 18 ਅਪ੍ਰੈਲ ਸੋ ਅੱਜ ਫਰਾਈਡੇ ਵਾਲੇ ਦਿਨ ਮੂਵੀ ਰਿਲੀਜ਼ ਹੋਈ ਜੀ ਸ਼ਾਇਰ ਸੋ ਡਾਇਰੈਕਟਰ ਉਹਦੇ ਪ੍ਰਤਾਪ ਸਿੰਘ ਦੇ ਡਾਇਰੈਕਸ਼ਨ ਦੇ ਵਿੱਚ ਬਣੀ ਮੂਵੀ ਸ਼ਾਇਰ ਕੀ ਵਾਕਿਆ ਦੋਸਤੋ ਮੂਵੀ ਵਧੀਆ ਆ ਕਿ ਘਟਿਆ ਆ ਇਹ ਸਭ ਦੋਸਤੋ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸੋ ਕੀ ਤੁਹਾਨੂੰ ਦੇਖਣ ਜਾਣਾ ਚਾਹੀਦਾ ਸਿਰਮਾ ਘਰਾਂ ਦੇ ਵਿੱਚ ਸੋ ਸਤਿੰਦਰ ਸਰਤਾਜ ਤੇ ਨੀਰੂ ਵਾਜਬਾਦੀ ਜੋੜੀ ਕੀ ਫਿਰ ਦੁਬਾਰਾ ਤੋਂ ਕਮਾਲ ਕਰ ਗਈ ਹੈ ਕਿ ਨਹੀਂ ਕਰ ਕੇ ਗਈ ਹੈ ਇਹ ਸਾਰੀ ਗੱਲ ਕਰਾਂਗਾ ਤੁਹਾਡੇ ਨਾਲ ਪਲੀਜ਼ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸੋ ਪਲੀਜ਼ ਚੈਨਲ ਨੂੰ ਕਰਿਓ ਜਰੂਰ ਸਬਸਕ੍ਰਾਈਬ ਸੋ ਚਲੋ ਆਪਾਂ ਗੱਲ ਕਰਦੇ ਆਂ ਮੂਵੀ ਸ਼ਾਇਰ ਬਾਰੇ ਸੋ ਦੋਸਤੋ ਜਿੱਦਾਂ ਕੀ ਤੁਹਾਨੂੰ ਪਤਾ ਕਿ ਨੀਰੂ ਵਾਜਬਾਦੀ ਤੇ ਸਰਤਾਜ ਦੀ ਮੂਵੀ ਕਲੀ ਜੋਟਾ ਇੱਕ ਬਲੌਕਬਸਟਰ ਮੂਵੀ ਸੀ ਤੇ ਗੱਲ ਕਰਦੇ ਆਂ ਆਪਾਂ ਇੱਥੇ ਸ਼ਾਇਰ ਮੂਵੀ ਦੀ ਸੋ ਦੋਸਤੋ ਸ਼ਾਇਰਵੀ ਇੱਕ ਸ਼ਾਇਰਾਨਾ ਮੂਵੀ ਆ ਸੱਚੀ ਅਸਰੇ ਆ ਬਹੁਤ ਹੀ ਵਧੀਆ ਮੂਵੀ ਆ ਇਹ ਇੱਕ ਲਾਈਨ ਦੇ ਵਿੱਚ ਕਮਾ ਐਕਸਲੈਂਟ ਦਿਲ ਜਿੱਤ ਲੈਂਦੀ ਆ ਦੋਸਤੋ ਕਲੀ ਜੋਟਾ ਮੂਵੀ ਤੋਂ ਬਾਅਦ ਫਿਰ ਇੱਕ ਵਾਰ ਤੁਹਾਨੂੰ ਇਸ ਮੂਵੀ ਨੂੰ ਦੇਖ ਕੇ ਤੁਹਾਨੂੰ ਸੱਚੀ ਪਿਆਰ ਹੋ ਜਾਊਗਾ ਸੋ ਦੋਸਤੋ ਇੱਥੇ ਗੱਲ ਕਰਦੇ ਸਟੋਰੀ ਦੀ ਸਟੋਰੀ ਦੋਸਤੋ ਕੁਸ਼ਿੱਦਾ ਦੀ ਆ ਕਿ ਸਤਿੰਦਰ ਸਰਤਾਜ ਜੋ ਕਿ ਇੱਕ ਸੱਤੇ ਨਾ ਦਾ ਕਿਰਦਾਰ ਨਿਭਾ ਰਿਹਾ ਜੋ ਕਿ ਇਹਨਾਂ ਦੇ ਵਿੱਚ ਇੱਕ ਭੋਲਾਪਨ ਵੀ ਆ ਕਾਮੇਡੀ ਵੀ ਕਰਦਾ ਸਿੱਧਰਾ ਇਨਸਾਨ ਆ ਭੋਲਾਪਨ ਵੀ ਆ ਤੇ ਇੱਕ ਉਹਦੀ ਦੋਸਤੋ ਗੱਲ ਕਰਾਂ ਤੇ ਕਮੇਡੀ ਲਾਈਨ ਦੇ ਵਿੱਚ ਵੀ ਦੋਸਤੋ ਵਧੀਆ ਲੱਗਦਾ ਆ ਸੋ ਠੀਕ ਆ ਸੱਤੇ ਦਾ ਕਿਰਦਾਰ ਜੋ ਨਵਾਇਆ ਫਿਲਮ ਦੇ ਫਾਸਟ ਹਾਫ ਤੱਕ ਜੋ ਵਧੀਆ ਲੱਗਦਾ ਦੇਖਣ ਨੂੰ ਇਹ ਨਹੀਂ ਕਿ ਦੂਜੇ ਵਿੱਚ ਨਹੀਂ ਵਧੀਆ ਲੱਗੂਗਾ ਜਾਨਕਿ ਪਹਿਲਾ ਉਹਨਾਂ ਦਾ ਸ਼ਰਾਰਤੀਪਨ ਭੋਲਾਪਨ ਸਾਦਗੀਪਨ ਇਹ ਆਪਾਂ ਨੂੰ ਦੇਖਣ ਨੂੰ ਮਿਲਦਾ ਆ ਤੇ ਜੇ ਗੱਲ ਕਰਾ ਨੀਰੂ ਵਾਜਵਾ ਦੀ ਸੀਰੂ ਦਾ کردار ਨਿਭਾਇਆ ਜੋ ਕਿ ਇੱਕ ਸ਼ਾਇਰਾਨਾ ਹੁੰਦੀ ਆ ਬਸ ਉਹਨੂੰ ਦੇਖ ਕੇ ਸਤਿੰਦਰ ਸਰਤਾਜ ਉਹਨਾਂ ਦੀ ਗਹਿਰਾਈ ਦੇ ਵਿੱਚ ਯਾਰ ਦੋਸਤੋ ਦਿਲਾਂ ਦੀ ਗਹਿਰਾਈ ਹੁੰਦੀ ਨਾ ਚੇਖੋ ਬਜਾਂਦਾ ਆ ਸੋ ਉਹਦੇ ਨਾਲ ਦੋਸਤੋ ਉਹਨੂੰ ਇੱਕ ਇਦਾਂ ਦਾ ਪਾਗਲਪਨ ਜਨੂਨ ਸਵਾਰ ਹੋ ਜਾਂਦਾ ਕਿ ਉਹਨੂੰ ਕਿਤੇ ਨ ਕਿਤੇ ਸ਼ਾਇਰ ਬਣਨ ਦਾ ਜਨੂਨ ਸਵਾਰ ਹੋ ਜਾਂਦਾ ਹੁਣ ਗੱਲ ਇੱਥੇ ਕਰਦੇ ਕਿ ਸ਼ਾਇਰ ਬਣ ਪਾਊਗਾ ਕਿ ਨਹੀਂ ਬਣ ਪਾਊਗਾ ਜਿਹਦਾ ਸ਼ਾਇਰਾਨੀ ਨਾਲ ਕੋਈ ਮਿਊਜ਼ਿਕ ਨਾ ਕੋਈ ਲੈਣਾ ਦੇਣਾ ਨਹੀਂ ਆ ਸੱਤੇ ਦਾ ਕੋਈ ਮਿਊਜ਼ਿਕ ਨਾ ਲੈਣਾ ਦੇਣਾ ਨਹੀਂ ਆ ਬਟ ਫਿਰ ਵੀ ਦੋਸਤੋ ਨੀਰੂ ਵਾਜਬਨ ਨੂੰ ਦੇਖ ਕੇ ਉਹਦੇ ਬੋਲ ਨੂੰ ਗਾਣੇ ਦੇ ਉਹ ਕੋਈ ਇੱਕ ਸ਼ਾਇਰਾਨਾ ਪੇਸ਼ ਕੀਤਾ ਹੈ ਉਹਨਾਂ ਨੇ ਗਾਇਕੀ ਦੇ ਵਿੱਚ ਉਹਦੀ ਆਵਾਜ਼ ਦੇ ਵਿੱਚ ਉਹ ਸੂਫੀ ਨਾਮਾ ਸ਼ਾਇਰਾਨਾ ਕਮਾਲ ਦਾ ਨੀਰੂ ਦਾ ਤੇ ਤੇ ਉੱਧਰ ਦੋਸਤੋ ਹੈਂਡ ਗੱਲਬਾਤ ਹੋ ਜਾਂਦੀ ਆ ਸੋ ਹੁਣ ਇਹੀ ਦੇ ਜਰਨਲਿਸ ਦੇਖਣਾ ਪੈਣੀ ਤੁਹਾਨੂੰ ਫਿਲਮ ਸ਼ਾਇਰਾਨਾ ਸੋ ਇਹਦੇ ਵਿੱਚ ਬਾਕੀ ਸਟਾਰ ਦੀ ਗੱਲ ਕਰ ਲੈਂਦੇ ਜੋਗਰਾਜ ਸਿੰਘ ਜੀ ਜੋ ਕਿ ਦਾਦੇ ਦਾ ਇੱਕ ਕਿਰਦਾਰ ਨਿਭਾ ਰਹੇ ਨੇ ਸੋ ਇੱਥੇ ਗੱਲ ਕਰਦੇ ਬੰਟੀ ਬੈਂਸਤੀ ਬੰਟੀ ਬੈਂ ਨੇ 200 ਸਰਪ੍ਰਾਈਜ਼ ਦਿੱਤਾ ਆ ਜੋ ਕਿ ਬਹੁਤ ਵਧੀਆ ਲੱਗਦਾ ਆ بڑے ਪਰਦੇ ਤੇ ਦੇਖਣਾ ਕੇਵਲ ਧਾਰੀਵਾਲ ਦੇਵੀ ਮਖਸੂਸਪੁਰੀਆ ਵੀ ਦੇ ਦੋਸਤੋ ਰੋਲ ਇਹਨਾਂ ਦਾ ਤੇ ਮਲਕੀਤ ਰੌਣੀ ਉਹਨਾਂ ਦਾ ਵੀ ਬਹੁਤ ਵਧੀਆ ਰੋਲ ਆ ਸੁਖਵਿੰਦਰ ਚਾਲ ਉਹ ਵੀ ਦੋਸਤੋ ਵਧੀਆ ਸੋ ਸੌਰੀ ਸੋ ਮੈਂ ਦੋਸਤੋ ਇਹੀ ਗੱਲ ਦੱਸਣਾ ਚਾਹੁੰਦਾ ਆ ਇਹ ਇੱਕ ਫੈਮਿਲੀ ਮੂਵੀ ਆ ਜਿਹਦੇ ਵਿੱਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ ਸੋ ਉਹਦੇ ਪ੍ਰਤਾਪ ਸਿੰਘ ਨੇ ਬਹੁਤ ਵਧੀਆ ਡਾਇਰੈਕਸ਼ਨ ਕੀਤਾ ਆ ਸੋ ਮੈਂ ਇਹੀ ਦੱਸਣਾ ਚਾਹੁੰਦਾ ਤੁਸੀਂ ਇੱਕ ਵਾਰ ਇਸ ਮੂਵੀ ਨੂੰ ਵਾਚ ਜ਼ਰੂਰ ਕਰ ਸਕਦੇ ਆ ਮੇਰੇ ਵੱਲੋਂ ਦੋਸਤੋ ਇਸ ਮੂਵੀ ਨੂੰ ਮੈਂ 5 ਵਿੱਚੋਂ 4.5 ਸਟਾਰ ਦੇਣਾ ਚਾਹੁੰਗਾ ਮੈਨੂੰ ਤਾਂ ਦੋਸਤੋ ਬਹੁਤ ਵਧੀਆ ਲੱਗਿਆ ਸੋ ਥੀਏਟਰ ਵਿੱਚ ਲੋਕ ਭਰੇ ਘੱਟ ਸੀ ਬਟ ਮੂਵੀ ਵਿੱਚ ਦੋਸਤੋ ਕੈਂਡ ਗੱਲਬਾਤ ਸੀ ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਲੀਸ ਆਪਣੇ ਨੀਅਰ ਸਿਨੇਮਾ ਘਰਾਂ ਵਿੱਚ ਜੇਕਰ ਇਹ ਮੂਵੀ ਲੱਗੀ ਆ ਤਾਂ ਦੇਖ ਛੱਡੋ ਐਂਡ ਗੱਲਬਾਤ ਹੋਣ ਵਾਲੀ ਹੈ ਬਾਈ ਸੋ ਮਜ਼ੇ ਆਯੂਗੇ ਤੁਹਾਨੂੰ ਜੇ ਉਸ ਤੋਂ ਇਹ ਮੂਵੀ ਦੇਖ ਕੇ ਸੋ ਨੀਰੂ ਵਾਜਬਾ ਨੂੰ ਆਪਾਂ ਤਾਂ ਕਈ ਮੂਵੀ ਦੇ ਵਿੱਚ ਪਹਿਲਾਂ ਵੀ ਅਲੱਗ-ਅਲੱਗ ਕਿਰਦਾਰਾਂ ਵਿੱਚ ਦੇਖ ਚੁੱਕੇ ਨੇ ਸਤਿੰਦਰ ਸਰਤਾਜ ਦੀ ਇੱਕ ਅਲੱਗ ਪਰਫਾਰਮੈਂਸ ਹੈ ਵਧੀਆ ਪਰਫਾਰਮੈਂਸ ਹੈ ਜੋ ਕਿ ਤੁਹਾਨੂੰ ਦੇਖਣ ਨੂੰ ਮਿਲੂਗੀ ਨਿਰਾਸ਼ ਤੁਸੀਂ ਬਿਲਕੁਲ ਨਹੀਂ ਹੋਵੋਗੇ ਮੂਵੀ ਦੀ ਇਹਦੀ ਮੈਂ ਗਾਰੰਟੀ ਲੈਂਦਾ ਆ ਸੋ ਇੱਕ ਵਾਰ ਦੇਖਣੀ ਜ਼ਰੂਰ ਬਣਦੀ ਦੋਸਤੋ ਮੈਂ ਬਾਰ ਬਾਰ ਕਹਿੰਦਾ ਰਿਕੁਐਸਟ ਕਰਦਾ ਪਲੀਜ਼ ਇਹ ਮੂਵੀ ਦੇਖੋ ਆਪਣੇ ਨੇਅਰ ਸਿਨੇਮਾ ਘਰਾਂ ਦੇ ਵਿੱਚ ਸੋ ਕੱਲ ਦੋਸਤੋ ਕੱਲ ਤੇ ਪਰਸੋ ਵੀਕਐਂਡ ਆ ਤੁਸੀਂ ਇੰਜੋਏ ਕਰ ਸਕਦੇ ਆਪਣੀ ਫੈਮਿਲੀ ਨਾਲ ਬਾਕੀ ਹੋਰ ਜੇਕਰ ਤੁਹਾਨੂੰ ਸਾਡਾ ਵੀਡੀਓ ਵਧੀਆ ਲੱਗਾ ਪਲੀਜ਼ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸੋ ਥੈਂਕ ਯੂ ਟਿਲ ਦੈਨ ਬਾਏ ਬਾਏ